ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾ ਮੈਦਾਨ ਵਿੱਚ ਉਤਰੇ, ਡੋਰ ਟੂ ਡੋਰ ਪ੍ਰਚਾਰ ਕਰ ਰਹੇ ਹਨ। ਸੀਐਮ ਸਾਹਿਬ ਵੀ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਹੁਸ਼ਿਆਰਪੁਰ ਦੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਆਏ ਹਨ। ਅੱਜ ਡਾਕਟਰ ਰਾਜ ਕੁਮਾਰ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ। ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਸ਼ੁਰੂਆਤੀ ਕੈਰੀਅਰ ਤੋਂ। ਸ਼ੁਰੂਆਤ ਤੁਹਾਡੀ ਹੈ ਜਿਹੜੀ ਪਿੰਡ ਤੋਂ ਹੋਈ ਆ, ਕਿੱਦਾਂ ਦੇ ਮਾਹੌਲ 'ਚੋਂ, ਕੀ ਰਾਜਨੀਤਿਕ ਜਿਹੜਾ ਕੈਰੀਅਰ ਆ ਉਹ ਤੁਹਾਡੇ ਤੋਂ ਸ਼ੁਰੂ ਹੋਇਆ ਕਿ ਪਹਿਲਾਂ ਵੀ ਪਰਿਵਾਰ ਦੇ ਵਿੱਚ ਕੋਈ ਰਾਜਨੀਤਿਕ ਦੇ ਵਿੱਚ ਸੀ? ਸ਼ੁਰੂਆਤ ਦੀ ਗੱਲ ਕਰੀਏ ਤੇ ਮੇਰੇ ਪਾਪਾ ਆਰਮੀ ਸੀ, ਉਹਨਾਂ ਨੇ ਲਗਭਗ 28 ਸਾਲ ਆਰਮੀ ਜੋਬ ਕੀਤੀ ਔਰ ਮੇਰਾ ਜਨਮ ਜਿਹੜਾ ਉਹ ਰਾਜਸਥਾਨ ਦੇ ਸ਼੍ਰੀ ਹਰੀਕੋਟਾ ਵਿਖੇ ਕੋਟਾ ਵਿੱਚ ਹੋਇਆ। ਔਰ ਬਾਕੀ ਜਿਹੜਾ ਉਸ ਤੋਂ ਬਾਅਦ ਬਚਪਨ ਜਿਹੜਾ ਉਹ ਸਾਰਾ ਸਾਡੇ ਪਿੰਡ ਵਿੱਚ, ਪਿੰਡ ਮਾਂਝੀ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਉੱਥੇ ਬੀਤਿਆ। ਔਰ ਬਚਪਨ ਤੋਂ ਲੈ ਕੇ ਪਲੱਸ ਵਨ ਪਲੱਸ ਟੂ ਤੱਕ ਕਾਫੀ ਜ਼ਿੰਦਗੀ ਦੇ ਵਿੱਚ ਉਤਾਰ ਚੜ੍ਹਾਅ ਦੇਖੇ। ਪਾਪਾ ਉਸ ਤੋਂ ਬਾਅਦ ਆਰਮੀ 'ਚੋਂ ਰਿਟਾਇਰ ਹੋ ਕੇ ਆਏ ਔਰ ਬੜੇ ਮਿਹਨਤੀ ਸਨ ਔਰ ਜਜ਼ਬਾ ਪਿਤਾ ਜੀ ਦਾ ਅੱਜ ਭਾਵੇਂ ਇਸ ਦੁਨੀਆਂ 'ਚ ਨਹੀਂ ਹੈ ਪਰ ਜਜ਼ਬਾ ਉਹਨਾਂ ਦਾ ਬਾਕਮਾਲ ਸੀ। ਉਹਨਾਂ ਦਾ ਇੱਕੋ ਹੀ ਜ਼ਿੰਦਗੀ ਦੇ ਵਿੱਚ ਮਿਸ਼ਨ ਸੀ ਵੀ ਮੈਂ ਬੇਸ਼ੱਕ ਨਹੀਂ ਪੜ੍ਹ ਸਕਿਆ ਪਰ ਮੇਰੇ ਬੱਚੇ ਜਿਹੜੇ ਉਹ ਜ਼ਰੂਰ ਪੜ੍ਹਨ। ਸੋ ਉਹਨਾਂ ਨੇ ਰਾਈਟ ਫਰੋਮ ਦਾ ਬਿਗਨਿੰਗ ਸਾਡੀ ਪੜ੍ਹਾਈ 'ਤੇ ਬਹੁਤ ਜ਼ੋਰ ਦਿੱਤਾ। ਸਮਾਂ ਨਿਕਲਦਾ ਗਿਆ, ਗੁਜ਼ਰਦਾ ਗਿਆ ਔਰ ਅਸੀਂ ਚਾਰ ਭੈਣ ਭਰਾ ਸੀ ਔਰ ਜਿਸ ਤਰ੍ਹਾਂ ਬੱਚਿਆਂ ਦੀਆਂ ਵੱਡੇ ਹੋਣਾ ਜ਼ਰੂਰਤਾਂ ਵੱਧਦੀਆਂ ਉਸੇ ਤਰ੍ਹਾਂ ਘਰ ਦੇ ਵਿੱਚ ਗਰੀਬੀ ਵੀ ਵੱਧਦੀ ਗਈ। ਬੇਸ਼ੱਕ ਆਰਮੀ ਦੀ ਪੈਨਸ਼ਨ ਸੀ ਥੋੜ੍ਹੀ ਸੀ, ਖੇਤੀਬਾੜੀ ਸੀ ਥੋੜ੍ਹੀ ਸੀ, ਛੋਟੀ ਖੇਤੀਬਾੜੀ ਸੀ, 4-5 ਏਕੜ ਸੀ ਅਤੇ ਕਰਦੇ ਕਰਦੇ ਫਿਰ ਇੱਕ ਵਾਰ ਬੈਂਕ 'ਚ ਕੋਈ ਨੌਕਰੀਆਂ ਨਿਕਲੀਆਂ ਅਤੇ ਪਾਪਾ ਨੂੰ ਫਿਰ ਕਿਸਮਤ ਚੰਗੀ ਸੀ, ਪਾਪਾ ਨੂੰ ਬੈਂਕ 'ਚ ਨੌਕਰੀ ਮਿਲੀ ਔਰ ਬੈਂਕ ਵਿੱਚ ਉਹਨਾਂ ਨੇ ਬਤੌਰ ਚਪੜਾਸੀ ਬਤੌਰ ਪੀਓਨ ਕੰਮ ਕੀਤਾ। ਉਸ ਤੋਂ ਪਹਿਲਾਂ ਨਵੇਂ ਸ਼ਹਿਰ ਪੋਸਟਡ ਰਹੇ, ਫਿਰ ਸ਼ਹਿਰ ਪਰ PNB ਦੇ ਵਿੱਚ, ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਰਹੇ ਔਰ ਉਹਨਾਂ ਨੇ ਆਪਣੀ ਜੋਬ ਜਿਹੜੀ ਹੈ, ਆਪਣੀ ਸਰਵਿਸ ਵੀ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ, ਇਮਾਨਦਾਰੀ ਦੇ ਨਾਲ ਇੱਕ ਮਿਸਾਲ ਵਜੋਂ ਸਾਡੇ ਸਾਹਮਣੇ ਪੇਸ਼ ਕੀਤੀ ਔਰ ਸ਼ਾਇਦ ਇਹ ਉਹਨਾਂ ਦੇ ਸੰਸਕਾਰ, ਉਹਨਾਂ ਦੁਆਰਾ ਦਿੱਤੇ ਸੰਸਕਾਰ ਹੀ ਸੀ ਜਿਸ ਸਦਕਾ ਅਸੀਂ ਅੱਜ ਵੀ ਜਿਹੜੇ ਇਮਾਨਦਾਰੀ ਦੇ ਵਿੱਚੋਂ, ਸੇਵਾ ਦੇ ਵਿੱਚੋਂ, ਮਨੁੱਖਤਾ ਦੀ ਸੇਵਾ ਦੇ ਵਿੱਚੋਂ ਅਸੀਂ ਕੱਢ ਰਹੇ ਹਾਂ। ਔਰ ਮਾਤਾ ਪਿਤਾ ਦੀ ਜਿਹੜੀ ਸੰਤਾਂ ਦੀ ਸੇਵਾ ਜਿਹੜੀ ਸੀ ਉਹ ਵੀ ਬਹੁਤ ਜ਼ਿਆਦਾ ਸੀ। ਸੋ ਉਸ ਤੋਂ ਬਾਅਦ ਪੜ੍ਹਦੇ ਗਏ, ਫਿਰ ਗੌਰਮੈਂਟ ਪ੍ਰਾਇਮਰੀ ਸਕੂਲ ਪਿੰਡ ਦਾ ਮਾਂਝੀ, ਉੱਥੋਂ ਪ੍ਰਾਇਮਰੀ ਸਿੱਖਿਆ ਲਈ, ਫਿਰ ਗੌਰਮੈਂਟ ਹਾਈ ਸਕੂਲ ਨਾਰਾ ਸਾਡੇ ਲਾਗੇ ਹੀ ਹੈ, ਨਾਰੇ ਤੋਂ 10th ਪਾਸ ਕੀਤੀ ਔਰ ਉਸ ਤੋਂ ਬਾਅਦ ਗੌਰਮੈਂਟ ਕਾਲਜ 'ਚ ਫਿਰ ਪੜ੍ਹਨਾ ਸੀ। ਪਲੱਸ ਵਨ ਪਲੱਸ ਟੂ ਜਿਹੜੀ ਹੈ ਉਹ ਗੌਰਮੈਂਟ ਕਾਲਜ ਦੇ ਵਿੱਚ ਅਸੀਂ ਜਿਹੜੀ ਮੈਂ ਸੋਚਿਆ ਉੱਥੇ ਕਰਾਂਗੇ ਔਰ ਜਦੋਂ 10th ਪਾਸ ਹੋਏ ਤਾਂ ਬਹੁਤ ਅੱਛੇ
ਮਾਰਕਸ ਆਏ, ਪੜ੍ਹਨ ਦੇ ਵਿੱਚ ਅੱਛਾ ਸੀ। ਅਤੇ ਜਦੋਂ ਪਲੱਸ ਵਨ ਦੇ ਵਿੱਚ ਐਡਮਿਸ਼ਨ ਲੈਣ ਲਈ ਫਿਰ ਸੀ ਵੀ ਕੀ ਪੜ੍ਹੀਏ, ਵੀ ਅੱਗੇ ਰੱਖੀਏ ਕੀ। ਅਤੇ ਉਹ ਕਰਦੇ ਕਰਾਉਂਦੇ ਫਿਰ ਦੇਖਿਆ ਕਿ ਮੇਰੇ ਤਾਇਆ ਜੀ ਦਾ ਬੇਟਾ ਹੈ, ਉਹਨੂੰ ਮੈਡੀਕਲ ਰੱਖਿਆ ਸੀ ਅਤੇ ਉਹ ਮੈਡੀਕਲ 'ਚ ਦੋ ਵਾਰੀ ਫੇਲ ਹੋ ਗਿਆ। ਅਤੇ ਆਈ ਥੋਟ ਕਿ ਚਲੋ ਵੈਸੇ ਤਾਂ ਪੜ੍ਹਾਈ 'ਚ ਮੈਂ ਚੰਗਾ ਸੀ ਅਤੇ ਚੰਗਾ ਆ, ਉਦੋਂ ਇਹ ਸੋਚਿਆ ਅਤੇ ਕਿਉਂ ਨਾ ਇਹੀ ਰੱਖ ਲਈਏ ਜਿਹੜਾ ਔਖਾ ਆ। ਸੋ ਮੈਂ ਉਦੋਂ ਆਈ ਟੁੱਕ ਇਟ ਐਜ਼ ਅ ਚੈਲੇਂਜ ਐਂਡ ਉਦੋਂ ਮੈਡੀਕਲ ਉਹ ਰੱਖਿਆ। ਅਤੇ ਜਦੋਂ ਮੈਡੀਕਲ ਰੱਖਿਆ ਖੂਬ ਪੜ੍ਹਾਈ ਕੀਤੀ ਅਤੇ ਪਿਤਾ ਜੀ ਦੀ ਵੀ ਨਿਗਰਾਨੀ ਲਗਾਤਾਰ ਬਣੀ ਰਹਿੰਦੀ ਸੀ ਔਰ ਉਹਨਾਂ ਦੀ ਨਿਗਰਾਨੀ ਹੇਠ ਅਸੀਂ ਫਿਰ ਪਲੱਸ ਵਨ ਵੀ ਪਾਸ ਕੀਤਾ। ਪਹਿਲੀ ਅਟੈਂਪਟ 'ਚ ਪਾਸ ਕੀਤਾ ਮੈਡੀਕਲ, ਫਿਰ ਪਲੱਸ ਟੂ ਪਾਸ ਕੀਤਾ ਮੈਡੀਕਲ। ਸੋ ਕਰਦੇ ਕਰਦੇ ਫਿਰ ਪੀ ਐੱਮ ਟੀ ਆਇਆ। ਪੀ ਐੱਮ ਟੀ ਦੇ ਵਿੱਚ ਵੀ ਵਾਹਿਗੁਰੂ ਨੇ, ਪਰਮਾਤਮਾ ਨੇ ਇੱਜ਼ਤ ਰੱਖੀ ਔਰ ਪੀ ਐੱਮ ਟੀ 'ਚ ਵੀ ਕਲੀਅਰ ਹੋਏ। ਔਰ ਫਿਰ ਜਿਹੜੀ ਐਡਮਿਸ਼ਨ ਹੈ ਉਹ ਗੌਰਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਹੋਈ। ਫਿਰ ਆਪਣੀ ਐੱਮ ਬੀ ਬੀ ਐੱਸ ਦੀ ਜਿਹੜੀ ਪੜ੍ਹਾਈ ਹੈ, ਜਿਹੜੀ ਗ੍ਰੈਜੂਏਸ਼ਨ ਹੈ, ਉਹ ਫਿਰ ਗੌਰਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਕੀਤੀ 4.5 ਸਾਲ। ਉਸ ਤੋਂ ਬਾਅਦ 1 ਸਾਲ ਇੰਟਰਨਸ਼ਿਪ ਟ੍ਰੇਨਿੰਗ ਹੈ, ਕਿਉਂਕਿ ਜਿਹੜੀ ਮੈਡੀਕਲ ਐਜੂਕੇਸ਼ਨ ਹੈ ਉਹ ਕੰਪੈਰੇਟਿਵਲੀ ਕਿਤੇ ਨਾ ਕਿਤੇ ਜਿਹੜੀ ਹੈ ਉਹ ਇੱਕ ਮਹਿੰਗੀ ਪੜ੍ਹਾਈ ਹੈ। ਪਰ ਫਿਰ ਵੀ ਪਿਤਾ ਜੀ ਨੇ ਔਖੇ ਸੌਖੇ ਬੈਂਕ 'ਚੋਂ ਲੋਨ ਚੱਕ ਕੇ ਜਾਂ ਹੋਰ ਪਤਾ ਨਹੀਂ ਕਿੱਥੋਂ ਨਹੀਂ ਪੈਸਾ ਕਿੱਥੋਂ ਰੇਜ਼ ਕੀਤਾ, ਪਰ ਸਾਨੂੰ ਪੜ੍ਹਾਈ ਦੇ ਦੌਰਾਨ ਕਦੀ ਸਮੱਸਿਆ ਨਹੀਂ ਆਈ। ਕਾਫੀ ਔਕੜਾਂ ਦੇ ਵਿੱਚੋਂ ਤੁਸੀਂ ਜਿਹੜੇ ਕਹਿ ਲਓ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ, ਕਿਉਂਕਿ ਪਿੰਡ ਤੁਹਾਡਾ ਜਿਹੜਾ ਨਾ ਬੜਾ ਕੰਢੀ ਏਰੀਏ ਦੇ ਵਿੱਚ, ਆਉਣ ਜਾਣ ਦਾ ਵੀ ਤੁਹਾਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਨੇ, ਸਾਧਨ ਬਹੁਤ ਘੱਟ ਸੀ, ਹੁਣ ਵੀ ਕਾਫੀ ਮਤਲਬ ਹੈ। ਹੁਣ ਤਾਂ ਚਲੋ ਤੁਸੀਂ ਜਿਹੜਾ ਰਾਜਨੀਤੀ ਦੇ ਵਿੱਚ ਆਏ, ਬਹੁਤ ਸਾਰਾ ਸਫ਼ਰ ਜਿਹੜਾ ਉਧਰਲੇ ਰਸਤੇ ਜਾਂ ਉਹ ਕਹਿ ਲਓ ਯਾਤਾਯਾਤ ਦੇ ਸਾਧਨ ਜਿਹੜੇ ਆ ਅੱਛੇ ਹੋ ਗਏ ਆ, ਅਤੇ ਤੁਹਾਨੂੰ ਆਉਣ ਜਾਣ ਦੀ ਦਿੱਕਤ ਨਹੀਂ ਆਉਂਦੀ ਸੀਗੀ ਜਦੋਂ ਉਧਰਲੇ ਪਾਸੇ? ਹਾਂ ਨਹੀਂ, ਕਾਲਜ 'ਚ ਜਦੋਂ ਪੜ੍ਹਦੇ ਸੀ ਤਾਂ ਆਉਣ ਜਾਣ ਦਾ ਘੱਟ ਤੋਂ ਘੱਟ 10 ਕਿਲੋਮੀਟਰ ਸੀ ਇੱਕ ਸਾਈਡ, 10-11 ਕਿਲੋਮੀਟਰ। ਸੋ ਆਉਣ ਜਾਣ ਜਿਹੜਾ ਸਾਈਕਲ 'ਤੇ ਹੁੰਦਾ ਸੀ, ਪਿਤਾ ਜੀ ਨੇ ਸਾਈਕਲ ਲੈ ਤਾ। ਅਤੇ ਜਦੋਂ ਡਿਗਰੀ ਕੀਤੀ ਹੈ ਅਤੇ ਡਿਗਰੀ ਤੋਂ ਬਾਅਦ ਫਿਰ ਇੱਛਾ ਸੀ ਵੀ ਐੱਮ ਡੀ ਕੀਤੀ ਜਾਵੇ। ਸੋ ਐੱਮ ਡੀ ਕੀਤੀ, ਪੀ ਜੀ ਕੀਤੀ, ਪੀ ਜੀ ਜਿਹੜੀ ਮੈਂ ਰੇਡੀਓ ਡਾਇਗਨੋਸਿਸ ਕੀਤੀ ਸਕੈਨਿੰਗ 'ਚ, ਜਿੰਨੀਆਂ ਸਕੈਨਿੰਗ ਮੋਡੈਲਿਟੀਜ਼ ਆ ਉਹਦੇ 'ਚ ਪੀ ਜੀ ਕੀਤੀ। ਔਰ ਐੱਮ ਡੀ ਕਰਨ ਤੋਂ ਬਾਅਦ, ਕਿਉਂਕਿ ਜਦੋਂ ਪ੍ਰਾਈਵੇਟ ਡਾਇਗਨੋਸਟਿਕ ਸੈਂਟਰ ਸ਼ੁਰੂ ਕਰਨਾ ਹੁੰਦਾ ਜਾਂ ਸਕੈਨਿੰਗ ਸੈਂਟਰ ਸ਼ੁਰੂ ਕਰਨਾ ਹੁੰਦਾ, ਇਹ ਤੁਹਾਨੂੰ ਪਤਾ ਹੈ ਕਿ ਉਹਦੇ 'ਚ ਖਰਚੇ ਬਹੁਤ ਨੇ, ਬਹੁਤ ਮਹਿੰਗੀ ਇਨਵੈਸਟਮੈਂਟ, ਜ਼ਿਆਦਾ ਇਨਵੈਸਟਮੈਂਟ। ਡਾਕਟਰੀ ਹੈ ਜਿਹੜੀ, ਜਿਹੜਾ ਤੁਹਾਡਾ ਪੇਸ਼ਾ ਹੈ ਡਾਕਟਰ, ਡਾਕਟਰ ਤੋਂ ਜਿਹੜਾ ਰਾਜਨੀਤੀ ਹੈ ਬਿਲਕੁਲ ਅਲੱਗ ਹੈ। ਰਾਜਨੀਤੀ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਆ ਗਏ, ਕਿਸੇ ਨੇ ਪ੍ਰੇਰਿਤ ਕੀਤਾ, ਕਿਸ ਤਰ੍ਹਾਂ ਦੇ ਨਾਲ ਇਹ ਸਮਾਜ ਸੇਵਾ ਦੇ ਵਿੱਚ ਆਏ? ਆ ਦੇਖੋ, ਮੈਂ ਪਹਿਲਾਂ ਉਹਦਾ ਰੇਡੀਓਲੋਜੀ ਦਾ ਸਕੈਨਿੰਗ ਸੈਂਟਰ ਸ਼ੁਰੂ ਕੀਤਾ ਜਦੋਂ, ਤਾਂ ਪਿਤਾ ਜੀ ਨੇ ਉਦੋਂ ਸ਼ੁਰੂ ਕੀਤਾ ਅਤੇ ਬੜੇ ਉਦੋਂ ਵੀ ਤੰਗੀਆਂ ਸੀ, ਥੋੜ੍ਹੇ ਬਹੁਤ ਪੈਸੇ ਮੇਰੇ ਕੋਲ ਸੀ ਜੋ ਪੀ ਜੀ ਥੋੜ੍ਹਾ ਬਹੁਤ ਸਟਾਈਪੈਂਡ ਮਿਲਦਾ ਸੀ। ਅਤੇ ਜਦੋਂ ਬੈਂਕ 'ਚੋਂ ਲੋਨ ਵੀ ਮੈਂ ਲਿਆ ਤਾਂ ਬੈਂਕ ਵੀ ਲੋਨ ਜਿਹੜਾ ਉਹ ਦੇਣ ਤੋਂ ਮਨਾ ਆਨਾਕਾਨੀ ਕਰ ਰਿਹਾ ਸੀ। ਸੋ ਪਾਪਾ ਦੇ ਦੋਸਤ ਨੇ ਉਦੋਂ ਹੈਲਪ ਕੀਤੀ, ਵਿਟਨੈਸ ਪਾਈ, ਤਾਂ ਜਾ ਕੇ ਲੋਨ ਮਿਲਿਆ। ਸੋ ਬਹੁਤ ਸਾਰੇ ਅਜਿਹੇ ਪਹਿਲੂ ਹੋਏ। ਫਿਰ ਕਰਦੇ ਕਰਦੇ ਜਦੋਂ ਦੇਖਿਆ ਕਿ ਇਹ ਜਿਹੜੀ ਮੈਡੀਕਲ ਸੇਵਾ ਜਾਂ ਸਮਾਜ ਸੇਵਾ ਹੈ, ਇਹ ਇੱਕ ਬਹੁਤ ਅੱਛਾ ਮਾਧਿਅਮ ਹੈ ਲੋਕਾਂ ਤੱਕ ਪਹੁੰਚਣ ਦਾ, ਔਰ ਸੁਸਾਇਟੀ ਨੂੰ ਜੋ ਤੁਸੀਂ ਸੁਸਾਇਟੀ ਤੋਂ ਲਿਆ ਉਹ ਵਾਪਸ ਕਰਨ ਦਾ ਇੱਕ ਬਹੁਤ ਵਧੀਆ ਜ਼ਰੀਆ ਹੈ ਸਮਾਜ ਸੇਵਾ। ਸੋ ਕਰਦੇ ਕਰਦੇ ਫਿਰ ਅਸੀਂ ਫਿਰ ਦਿਨ ਆਈ ਥੋਟ ਕਿ ਚਲੋ ਇੱਕ ਐੱਨ ਜੀ ਓ ਸ਼ੁਰੂ ਕਰਦੇ ਹਾਂ। ਫਿਰ ਇੱਕ ਐੱਨ ਜੀ ਓ ਕੋਸ਼ਿਸ਼ ਜਿਹੜੀ ਹੈ ਉਹ ਬਣਾਈ, ਉਸ ਕੋਸ਼ਿਸ਼ ਦੇ ਤਹਿਤ ਮਨੁੱਖਤਾ ਦੇ ਅਲੱਗ ਅਲੱਗ ਪਹਿਲੂਆਂ 'ਤੇ
ਅਲੱਗ ਅਲੱਗ ਤੰਗੀਆਂ 'ਤੇ ਅਲੱਗ ਅਲੱਗ ਉਹਨਾਂ 'ਤੇ ਕੰਮ ਕੀਤਾ, ਔਰ ਜਦੋਂ ਉਹ ਕੰਮ ਕੀਤਾ ਤਾਂ ਫਿਰ ਕੰਮ ਕਰਦੇ ਕਰਦੇ ਇਹ ਵੀ ਮਹਿਸੂਸ ਹੋਇਆ ਕਿ ਜਿਹੜੀ ਮਨੁੱਖਤਾ ਦੀ ਭਲਾਈ ਹੈ ਉਹ ਹੋਰ ਵੱਡੇ ਲੈਵਲ 'ਤੇ, ਇੱਕ ਹੋਰ ਉੱਪਰਲੇ ਲੈਵਲ 'ਤੇ ਲੈ ਕੇ ਜਾਣ ਦੀ ਜ਼ਰੂਰਤ ਹੈ। ਅਤੇ ਫਿਰ ਪੋਲੀਟਿਕਸ 'ਚ ਆ ਗਏ, ਫਿਰ ਰਾਜਨੀਤੀ ਸ਼ੁਰੂ ਕੀਤੀ। ਰਾਜਨੀਤੀ ਦੇ ਵਿੱਚ ਤੁਹਾਡੇ ਗੁਰੂ ਕੌਣ ਸਨ? ਰਾਜਨੀਤੀ ਵਿੱਚ ਮੈਂ ਸਮਝਦਾ ਕਿ ਮੇਰੇ ਗੁਰੂ ਤਾਂ ਮੇਰੇ ਮਾਤਾ ਪਿਤਾ ਸਨ, ਜਿਨ੍ਹਾਂ ਨੂੰ ਸਮਾਜ ਸੇਵਾ ਦੀ ਹਮੇਸ਼ਾ ਇੱਕ ਸੀਗੀ ਕਿ ਸਮਾਜ ਸੇਵਾ, ਤੰਗ ਰਹਿ ਕੇ ਵੀ ਸਮਾਜ ਸੇਵਾ ਕਿੱਦਾਂ ਕਰਨੀ। ਸੋ ਸਮਾਜ ਸੇਵਾ ਕਰਦੇ ਹੋਏ ਜੇਕਰ ਗੁਰੂ ਦੀ ਗੱਲ ਕਰੋ ਤਾਂ ਮੈਂ ਸਮਝਦਾ ਕਿ ਮਾਤਾ ਪਿਤਾ ਗੁਰੂ ਸਨ। ਅਤੇ ਆਪਾਂ ਸ਼ੁਰੂਆਤੀ ਦੌਰ ਦੇ ਵਿੱਚ ਜਾਂ ਸ਼ੁਰੂਆਤ ਜਿਹੜੀ ਰਾਜਨੀਤੀ ਕਿਹੜੀ ਪਾਰਟੀ ਦੇ ਕੀਤੀ? 2017 ਦੇ ਵਿੱਚ ਮੈਂ MLA ਬਣਿਆ ਕਾਂਗਰਸ ਪਾਰਟੀ ਤੋਂ, ਔਰ 19 ਦੇ ਵਿੱਚ ਲੋਕ ਸਭਾ ਦਾ ਚੁਣਾਵ ਲੜਿਆ ਉਹ ਵੀ ਸੇਮ ਪਾਰਟੀ ਦੀ, ਔਰ 22 ਦੇ ਵਿੱਚ ਜਿਹੜਾ ਮੈਂ ਵਿਧਾਨ ਸਭਾ ਚੁਣਾਵ ਫਿਰ ਦੁਬਾਰਾ ਜਿੱਤਿਆ। ਸੋ ਇਸ ਕਰਕੇ ਦੁਬਾਰਾ ਦੋ ਵਾਰ ਮੈਂ ਵਿਧਾਇਕ ਰਹਿ ਚੁੱਕਾ। ਪਾਰਟੀ ਜਿਹੜੀ ਹੈ ਉਹ ਪਹਿਲਾਂ BJP ਸੀ? BJP ਮੈਂ ਕਦੀ ਜੁਆਇਨ ਨਹੀਂ ਕੀਤੀ। ਅੱਛਾ ਜੀ। BJP ਕਦੇ ਪਹਿਲਾਂ ਕਦੇ ਜੁਆਇਨ ਨਹੀਂ ਕੀਤੀ, ਨਾ BJP 'ਚ ਕੋਈ ਮੈਂਬਰ ਸੀ। ਅੱਛਾ ਜੀ। ਨਾ ਮੈਂ BJP ਕਦੀ ਜੁਆਇਨ ਕੀਤੀ। ਅੱਛਾ, ਚਲੋ ਹੁਣ ਜਿਹੜੇ ਆ ਤੁਸੀਂ ਪਹਿਲਾਂ ਵੀ ਜਿੱਦਾਂ ਮੁਸ਼ਕਲਾਂ ਦੇ ਵਿੱਚੋਂ ਉੱਠ ਕੇ ਤੁਸੀਂ ਵਿਧਾਇਕ ਵੀ ਬਣੇ, ਪਹਿਲਾਂ ਮਤਲਬ ਕਹਿੰਦੇ ਆ ਵੀ ਹਾਰ ਦਾ ਸਾਹਮਣਾ ਵੀ ਕਈਆਂ ਨੂੰ ਕਰਨਾ ਪੈਂਦਾ ਜਦੋਂ ਜਦ ਕਰਨੀ ਪਈ, ਇਸੇ ਤਰ੍ਹਾਂ ਨਾਲ ਪਿਛਲੀ ਵਾਰੀ ਵੀ ਇਲੈਕਸ਼ਨ ਦੇ ਵਿੱਚ ਤੁਸੀਂ ਬਿਲਕੁਲ ਨਜ਼ਦੀਕ ਜਾ ਕੇ ਜਿਹੜਾ ਹੋਇਆ, ਇਸ ਵਾਰ ਬਹੁਤ ਹੀ ਮਤਲਬ ਕਹਿ ਸਕਦੇ ਹਾਂ ਬੜੇ ਹਮਲੇ ਦੇ ਨਾਲ ਤੁਸੀਂ ਫੀਲਡ ਦੇ ਵਿੱਚ ਜਾ ਰਹੇ ਹੋ ਔਰ ਲੋਕਾਂ ਦੇ ਨਾਲ ਤਾਲਮੇਲ ਕਰ ਰਹੇ ਹੋ, ਇੱਕ ਐਕਸਪੀਰੀਅੰਸ ਵੀ ਮਿਲ ਗਿਆ। ਇਸ ਵਾਰ ਤੁਸੀਂ ਆਮ ਆਦਮੀ ਪਾਰਟੀ ਤੋਂ ਲੜੇ, ਕੀ ਖਾਸੀਅਤ ਤੁਹਾਨੂੰ ਆਮ ਆਦਮੀ ਪਾਰਟੀ 'ਚ ਲੱਗੀ ਵੀ ਜਿਹੜਾ ਤੁਸੀਂ ਕਾਂਗਰਸ ਛੱਡ ਕੇ ਇਧਰਲੇ ਪਾਸੇ ਆਏ? ਨਹੀਂ, ਦੇਖੋ ਗੱਲ ਹੈ ਵੀ ਆਮ ਆਦਮੀ ਪਾਰਟੀ ਦੇ ਵਿੱਚ ਜੋ ਪੰਜਾਬ ਦੇ ਲਈ ਕੀਤਾ ਜਾ ਰਿਹਾ ਉਹ ਪੰਜਾਬ ਦੇ ਲਈ ਇੱਕ ਬਹੁਤ ਬਿਹਤਰ ਜਿਹੜੇ ਕਦਮ ਹੈ, ਇੱਕ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ, ਜੋ ਦੇਸ਼ ਲਈ ਸ਼ਹੀਦ ਹੋਏ ਆ, ਸ਼ਹੀਦਾਂ ਤੋਂ ਸਰਦਾਰ ਭਗਤ ਸਿੰਘ ਜੀ ਦੀ ਸੋਚ, ਸ਼ਹੀਦਾਂ ਦੀ ਸੋਚ ਤੋਂ ਪ੍ਰੇਰਨਾ ਲੈ ਕੇ, ਅਤੇ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੀ ਸੋਚ ਤੋਂ ਪ੍ਰੇਰਨਾ ਲੈ ਕੇ ਇਹ ਜਿਹੜੀ ਹੈ ਅੰਦੋਲਨ ਤੋਂ ਨਿਕਲੀ ਹੋਈ ਪਾਰਟੀ ਸ਼ੁਰੂ ਹੋਈ ਹੈ, ਔਰ ਉਹਨਾਂ ਦੇ ਰਸਤਿਆਂ 'ਤੇ ਪਾਇਆ ਪੂਰਨਿਆਂ 'ਤੇ ਲਗਾਤਾਰ ਕੰਮ ਕੀਤੇ ਜਾ ਰਹੇ, ਔਰ 2 ਸਾਲਾਂ ਦੇ ਵਿੱਚ ਜਿਹੜੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਾਉਣ ਦੇ ਲਈ ਬਹੁਤ ਕੰਮ ਹੋਏ, ਔਰ ਸੋ ਲੋਕਾਂ ਦੀ ਜ਼ਿੰਦਗੀ ਖਾਸ ਤੌਰ 'ਤੇ ਜਿਸ ਤਰ੍ਹਾਂ ਬਿਜਲੀ ਦੇ ਬਿੱਲ ਫ੍ਰੀ ਹੋਏ ਆ ਅਤੇ ਲੋਕ ਬਹੁਤ ਖੁਸ਼ ਨੇ। ਇਸ ਤੋਂ ਬਾਅਦ ਪੜ੍ਹਾਈ ਦੇ ਖੇਤਰ ਦੇ ਵਿੱਚ ਬਹੁਤ ਕੰਮ ਕੀਤਾ ਆਮ ਆਦਮੀ ਪਾਰਟੀ ਨੇ, ਔਰ ਫਿਰ ਸਿਹਤ ਦੇ ਖੇਤਰ ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਕਲੀਨਿਕ ਬਣੇ ਆ ਉੱਥੇ ਦਵਾਈਆਂ ਫ੍ਰੀ ਮਿਲ ਰਹੀਆਂ ਅਤੇ ਫ੍ਰੀ ਟੈਸਟ ਹੋ ਰਹੇ। ਇਹ ਇੱਕ ਵਾਕਿਆ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਮਤਲਬ ਮੂੰਹ ਚੂਲ ਪਰਿਵਰਤਨ ਹੈ। ਬਾਕੀ ਇਸ ਤੋਂ ਇਲਾਵਾ ਸਰਕਾਰ ਦੀ ਜਿਹੜੀ ਮੇਨ ਹੈ ਕਿ ਗਰੀਬੀ ਨੂੰ ਜਿਹੜੀ ਜੜ੍ਹਾਂ ਤੋਂ ਕਿੱਦਾਂ ਮਿਟਾਇਆ ਜਾ ਸਕਦਾ, ਸੋ ਉਸ ਦੇ ਲਈ 43,000 ਨੌਕਰੀਆਂ ਮੈਂ ਇਸ 2 ਸਾਲ ਦੇ ਵਿੱਚ ਹੀ ਦੇ ਦੇਣਾ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਆ। ਸੋ ਮੈਂ ਇਸ ਕਰਕੇ ਧੰਨਵਾਦ ਕਰਦਾ, ਔਰ ਅੱਛੀ ਸੋਚ ਦਾ ਧੰਨਵਾਦ ਕਰਦਾ, ਅਤੇ ਜਿਹੜੀ ਸੋਚ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਹੈ, ਔਰ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ ਦੀ ਆਸ਼ੀਰਵਾਦ ਸਦਕਾ ਮੈਂ ਲੋਕ ਸਭਾ ਦਾ ਚੁਣਾਵ ਲੜ ਰਿਹਾ, ਔਰ ਲੋਕ ਸਭਾ ਦੇ ਚੁਣਾਵ ਦੇ ਵਿੱਚ ਮੈਨੂੰ ਬੜਾ ਅੱਛਾ ਜਿਹੜਾ ਲੱਗਦਾ ਵੀ ਇਹ ਜ਼ਰੂਰੀ ਵੀ ਸੀ, ਅਤੇ ਪਾਰਟੀ ਦੀ ਸੋਚ ਆ ਕਿ 13 ਦੀਆਂ 13 ਸੀਟਾਂ ਪਹੁੰਚਦੀ ਤਾਂ ਕਿ ਪੰਜਾਬ ਦੇ ਵਿੱਚ ਕੋਈ ਸਮੱਸਿਆ ਨਾ ਆਵੇ, ਪੰਜਾਬ ਦੇ RDF ਦੇ ਫੰਡ ਕੋਈ ਰੋਕ ਨਾ ਸਕੇ, ਪੰਜਾਬ ਦੇ NHM ਦੇ ਪੈਸੇ ਕੋਈ ਰੋਕ ਨਾ ਸਕੇ, ਔਰ ਪੰਜਾਬ ਦੀ ਬਿਹਤਰੀ ਲਈ ਵਧੀਆ ਕਦਮ ਕਰ।
ਕਾਂਗਰਸ ਕਾਂਗਰਸ ਦੀ ਗੱਲ ਕਰਦੇ ਹਾਂ, ਕਾਂਗਰਸ ਦੇ ਨੇ ਵੀ ਕਾਫੀ ਸ਼ਹੀਦੀਆਂ ਜਿਹੜੀਆਂ ਉਹ ਦੇਸ਼ ਲਈ ਦਿੱਤੀਆਂ ਹੈ। ਔਰ ਕੀ ਲੱਗਦਾ ਵੀ ਤੁਹਾਨੂੰ ਕਾਂਗਰਸ ਬਾਰੇ ਕੀ ਵਿਚਾਰ ਰੱਖਦੇ ਹੋ ਕਿ ਕਾਂਗਰਸ ਦੇ ਪੈਰ ਇਸ ਵੇਲੇ ਉੱਖੜਦੇ ਜਿਹੜੇ ਨਜ਼ਰ ਆ ਰਹੇ ਆ, ਕੋਈ ਇਹ ਕਾਰਨ ਤਾਂ ਨਹੀਂ ਸੀ ਵੀ ਆਪਾਂ ਪਾਰਟੀ ਛੱਡ? ਕਾਂਗਰਸ ਦੇ ਪੈਰ ਉੱਖੜਦੇ ਨਜ਼ਰ ਆ ਰਹੇ ਜਾਂ ਨਹੀਂ ਇਹ ਤਾਂ ਨਹੀਂ ਮੈਂ ਕੁਛ ਕਹਿੰਦਾ, ਬਟ ਇੱਕ ਗੱਲ ਜ਼ਰੂਰ ਹੈ ਕਿ ਮੈਂ ਤੁਹਾਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸੋਚ ਇੱਕ ਬਿਹਤਰ ਸੋਚ ਸੀ, ਉਹ ਸੋਚ ਨੂੰ ਜਿਹੜਾ ਅਪਣਾਇਆ ਅਤੇ ਉਹ ਸੋਚ ਨੂੰ ਅੱਗੇ ਲੈ ਕੇ ਚੱਲੇ ਹਾਂ। ਅਤੇ ਸਾਡਾ ਮਕਸਦ ਲੋਕਾਂ ਦੀ ਸੇਵਾ ਹੈ ਅਤੇ ਅਸੀਂ ਜ਼ਰੂਰ ਲੋਕਾਂ ਦੀ ਸੇਵਾ ਭਾਵਨਾ ਦੇ ਨਾਲ ਕੰਮ ਕਰਦੇ ਹਾਂ। ਮੁਕਾਬਲਾ ਕਿੰਨਾ ਲੱਗਦਾ ਜੀ? ਮੁਕਾਬਲਾ ਤਾਂ ਦੇਖੋ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ, ਭਗਵੰਤ ਮਾਨ ਜੀ ਦੀ ਸੋਚ ਨੂੰ, ਔਰ ਫਿਰ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਦੇਖਦੇ ਹੋਏ ਇਹ ਪ੍ਰਤੀਤ ਹੁੰਦਾ ਕਿ ਬਿਲਕੁਲ ਇੱਕ ਪਾਸੜ ਜਿਹੜੀ ਆ ਉਹ ਜਿੱਤ ਨਜ਼ਰ ਆਉਂਦੀ ਹੈ। ਅਤੇ ਮੁਕਾਬਲਾ ਮੈਂ ਸਮਝਦਾ ਕਿ ਕਿਸੇ ਨਾਲ ਕੋਈ ਮੁਕਾਬਲਾ ਨਹੀਂ, ਲੋਕ ਸਾਰੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਖੁਸ਼ ਹੈ ਅਤੇ ਸਾਰੇ ਇੱਕ ਪਾਸੜ ਇੱਕਜੁੱਟ ਇੱਕਮੁੱਠ ਹੋ ਕੇ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਪਾਉਣ ਲਈ ਤਿਆਰ ਹਨ। ਰਾਜਨੀਤੀ ਦੇ ਵਿੱਚ ਜਿਹੜੀ ਹੁੰਦੀ ਹੈ ਇਹ ਖਾਸ ਕਰਕੇ ਪਰਿਵਾਰਕ ਮੈਂਬਰ ਜ਼ਿਆਦਾ ਆਉਂਦੇ ਆ, ਕੀ ਤੁਹਾਨੂੰ ਤੁਹਾਡੇ ਬੇਟੇ ਜਾਂ ਕੋਈ ਹੋਰ ਫੈਮਿਲੀ ਮੈਂਬਰ ਵੀ ਰਾਜਨੀਤੀ ਦੇ ਵਿੱਚ ਇਸ ਵੇਲੇ ਨਾਲ ਸਕਰੀ ਹੈ? ਹਾਂਜੀ ਦੇਖੋ ਰਾਜਨੀਤੀ ਵਿੱਚ ਪਰਿਵਾਰ ਦੀ ਹਮੇਸ਼ਾ ਹੀ ਜ਼ਰੂਰਤ ਹੁੰਦੀ, ਸੋ ਪਰਿਵਾਰ ਜਿਹੜਾ ਲੱਗਾ ਹੋਇਆ ਹਰ ਵਾਰ ਲੱਗਣਾ ਪੈਂਦਾ, ਅਤੇ ਪਰਿਵਾਰ ਵੀ ਰਾਜਨੀਤਿਕ ਪਰਿਵਾਰ ਵੀ ਸੰਗਠਨ ਵੀ ਸਰਕਾਰ ਵੀ ਸਾਰੇ ਲੱਗੇ ਹੋਏ ਆ, ਸਾਰੇ ਕੰਮ ਕਰ ਰਹੇ। ਕੋਈ ਜ਼ਿੰਦਗੀ 'ਚ ਇੱਦਾਂ ਦੀ ਘਟਨਾ ਤਾਂ ਨਹੀਂ ਆ ਵੀ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਆਪਣੇ ਆਪ ਨੂੰ ਚੇਤੇ ਆਉਂਦੀ ਵੀ ਮਨ ਨੂੰ ਕੋਈ ਹੁੰਦੀ ਹੋਵੇ ਵੀ ਇੱਦਾਂ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਇਆ ਜਾਂ ਕੁਛ ਇੱਦਾਂ ਦੀ ਕੋਈ ਘਟਨਾ ਜ਼ਿੰਦਗੀ ਦੀ ਉਹਦੇ ਬਾਰੇ? ਦੇਖੋ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਅਤੇ ਮੈਨੂੰ ਜ਼ਿੰਦਗੀ ਨਾਲ ਕੋਈ ਗਿਲਾ ਨਹੀਂ, ਹਰ ਕੋਈ ਦੁੱਖ ਸੁੱਖ ਜੋ ਵੀ ਆਉਂਦਾ ਸੁੱਖ ਦੇ ਵਿੱਚ ਜਿਹੜਾ ਸ਼ੁਕਰਾਨਾ ਅਤੇ ਦੁੱਖ ਦੇ ਵਿੱਚ ਅਰਦਾਸ ਜਿਹੜੀ ਹੈ ਉਹ ਸੱਚੀ ਪਾਤਸ਼ਾਹ ਵਾਹਿਗੁਰੂ ਵੀ ਕਰਦੀ ਰਹੀ। ਸੋ ਇਹ ਸਨ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ, ਜਿਨ੍ਹਾਂ ਨੇ ਆਪਣੀ ਮੁੱਢਲੀ ਜ਼ਿੰਦਗੀ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਦੇ ਬਾਰੇ ਸਾਡੇ ਨਾਲ ਵਿਸਥਾਰਪੂਰਵਕ ਜਾਣਕਾਰੀ ਜਿਹੜੀ ਆ ਉਹ ਸਾਨੂੰ ਦਿੱਤੀ ਹੈ। ਫੀਲਡ ਵਿੱਚ ਚੱਲ ਰਹੇ ਨੇ, ਅੱਜ ਜਿਹੜੀ ਹੈ ਭਗਵੰਤ ਮਾਨ ਜੀ ਦੀ ਰੈਲੀ ਹੈ, ਅਸੀਂ ਉੱਥੇ ਜਾ ਕੇ ਉਹ ਵੀ ਦੇਖਦੇ ਹਾਂ, ਲੋਕਾਂ ਦਾ ਇਲਾਕੇ ਦੇ ਜਿਹੜੇ ਉੱਥੇ ਸਮਰਥਕ ਹਨ ਜਾਂ ਜਿਹੜੇ ਚਾਹੁਣ ਵਾਲੇ ਹਨ ਉਹਨਾਂ ਦਾ ਜਿਹੜਾ ਸਲਾਹ ਆ ਉੱਥੇ ਵੀ ਤੁਹਾਨੂੰ ਦਿਖਾਲਦੇ ਹਾਂ। ਔਰ ਇਸੇ ਤਰ੍ਹਾਂ ਦੇ ਨਾਲ ਅਸੀਂ ਡਾਕਟਰ ਸਾਹਿਬ ਦੇ ਨਾਲ ਹੋਰ ਵੀ ਜਗ੍ਹਾ 'ਤੇ ਜਾਵਾਂਗੇ, ਜੁੜਾਂਗੇ ਤਾਂ ਕਿ ਮਤਲਬ ਜਿਹੜੀ ਆ ਲੋਕਾਂ ਦੇ ਜਿਹੜੇ ਵਿਚਾਰ ਆ ਉਹ ਵੀ ਅਸੀਂ ਸੁਣਾਂਗੇ ਤਾਂ ਤੁਹਾਡੇ ਤੱਕ ਪਹੁੰਚਾਵਾਂਗੇ। ਮੇਰੇ ਸਹਿਯੋਗੀ ਦੀਪਕ ਦੇ ਨਾਲ ਮੈਂ ਸੁਨੀਲ ਲਾਖਾ ਪੰਜਾਬ ਤੱਕ।